ਸੋ ਮੇਰੇ ਨਾਲ ਧਰਮੀ ਪਿਤਾ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨਜ਼ਰਬੰਦ ਤਿਹਾੜ ਜੇਲ੍ਹ ਦਿੱਲੀ ਉਹ ਹੈਗੇ ਨੇ ਬਾਪੂ ਗੁਰਚਰਨ ਸਿੰਘ ਜੀ ਆਪਾਂ ਉਹਨਾਂ ਦੇ ਨਾਲ ਵੀ ਥੋੜੀ ਥੋੜੀ ਗੱਲਬਾਤ ਕਰਦੇ ਆ ਕਿ ਜਿਹੜਾ ਇਹ ਕੌਮੀ ਇਨਸਾਫ ਮੋਰਚਾ ਲੱਗਾ ਹੈਗਾ ਇਹ ਮੋਰਚਾ ਅੱਜ ਕਿਸ ਲੈਵਲ ਤੇ ਹੈਗਾ ਜਿੱਦਨ ਆਰੰਭਤਾ ਕੀਤੀ ਗਈ ਸੀ ਉਸ ਦਿਨ ਹਾਲਾਤ ਕਿਦਾਂ ਦੇ ਸੀਗੇ ਔਰ ਕੀ ਲੱਗਦਾ ਹੈ ਸੰਗਤ ਦਾ ਜਿਵੇਂ ਹੰਗਾਰਾ ਮਿਲ ਰਿਹਾ ਹੈਗਾ ਵਿਦੇਸ਼ਾਂ ਦੇ ਵਿੱਚੋਂ ਵੀ ਥੋੜੇ ਦਿਨ ਪਹਿਲਾਂ ਅਸੀਂ ਆਪਣੇ ਚੈਨਲ ਦੇ ਉੱਪਰ ਇੱਕ ਵੀਡੀਓ ਪਾਈ ਸੀਗੀ ਬਾਹਰੋਂ ਆਪਣੇ ਯੂਐਸਏ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਸੱਜਣ ਸਰਦਾਰ ਹਿੰਮਤ ਸਿੰਘ ਹੋਰਾਂ ਨੇ ਬਕਾਇਦਾ ਵੀਡੀਓ ਭੇਜੀ ਸੀ ਕਿਹਦੇ ਕਿ ਆਪਣੇ ਚੈਨਲ ਦੇ ਉੱਪਰ ਵੀ ਤੁਸੀਂ ਇਸ ਵੀਡੀਓ ਨੂੰ ਜਗ੍ਹਾ ਦਿਓ ਅਸੀਂ ਉੱਥੇ ਦੂਰ ਬੈਠ ਕੇ ਵੀ ਆਵਾਜ਼ ਬੁਲੰਦ ਕਰ ਰਹੇ ਹਾਂ ਸੋ ਅਮਰੀਕਾ ਦਾ ਵਾਈਟ ਹਾਊਸ ਉੱਥੇ ਉਹਦੇ ਬਾਹਰ ਖੜੇ ਹੋ ਕੇ ਉਹਨਾਂ ਨੇ ਗੱਲਬਾਤ ਕੀਤੀ ਸੀਗੀ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਫਲੈਕਸਾਂ ਉਹਨਾਂ ਨੇ ਆਪਣੇ ਹੱਥਾਂ ਵਿੱਚ ਫੜੀਆਂ ਹੋਈਆਂ ਸੀਗੀਆਂ ਉਹਨਾਂ ਸਿੰਘਾਂ ਨੇ ਸਾਰਿਆਂ ਨੇ ਵਰਲਡ ਸਿੱਖ ਪਾਰਲੀਮੈਂਟ ਵਾਲਿਆਂ ਨੇ ਕਿ ਅਸੀਂ ਵਰਲਡ ਸਿੱਖ ਅਸੀਂ ਵਾਲੇ ਅਸੀਂ ਪੂਰੀ ਦੁਨੀਆ ਨੂੰ ਦੱਸਦੇ ਹਾਂ ਕਿ ਆਹ ਸਾਡੇ ਉਹ ਸਿੰਘ ਨੇ ਜਿਹੜੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਪਰ ਬਾਵਜੂਦ ਇਹਦੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸੋ ਇਸ ਲੈਵਲ ਤੱਕ ਜਿਹੜਾ ਮੋਰਚਾ ਹੈਗਾ ਪਹੁੰਚ ਚੁੱਕਾ ਹੈਗਾ ਜਦੋਂ ਆਪਾਂ ਬਾਪੂ ਜੀ ਨਾਲ ਥੋੜੀ ਥੋੜੀ ਗੱਲਬਾਤ ਕਰਦੇ ਆਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਮੋਰਚਾ ਅੱਜ ਦਿਨ ਆਰੰਭ ਕੀਤਾ ਪਹਿਲੇ ਦਿਨ ਹਾਲਾਤ ਕਿਦਾਂ ਦੇ ਸੀਗੇ ਔਰ ਅੱਜ ਇੰਨੇ ਦਿਨਾਂ ਬਾਅਦ ਅੱਜ ਹਾਲਾਤ ਕਿਦਾਂ ਦੇ ਦੇਖੋ ਇਹ ਕੌਮੀ ਇਨਸਾਫ ਮੋਰਚਾ ਜਿਹੜਾ 7 ਜਨਵਰੀ ਤੋਂ ਹੋਇਆ ਸ਼ੁਰੂ ਜੀ ਤਕਰੀਬਨ ਉਸ ਤੋਂ 3 ਮਹੀਨੇ ਪਹਿਲਾਂ ਅਸੀਂ ਤਿਆਰੀਆਂ ਕਰ ਰਹੇ ਹਾਂ ਮੀਟਿੰਗਾਂ ਕੀਤੀਆਂ ਗਿਆ ਬਾਰ-ਬਾਰ ਜੀ ਸੰਗਠਨਾਂ ਦਾ ਸਹਿਯੋਗ ਲੈਣ ਵਾਸਤੇ ਤੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਲਿਖਤੀ ਰੂਪ ਚ ਇਸ ਦੀ ਸਹਿਮਤੀ ਦਿੱਤੀ ਪਰੰਤੂ ਅੱਜ ਜੇ ਗੱਲ ਕਰੀਏ ਆਪਾਂ ਹੁਣ ਕੌਮੀ ਇਨਸਾਫ ਮੋਰਚਾ ਬਹੁਤ ਵੱਡੇ ਪੱਧਰ ਤੇ ਪਹੁੰਚ ਚੁੱਕਿਆ ਜਿੱਥੇ ਅੱਜ ਸੰਗਤਾਂ ਸਮਝ ਚੁੱਕੀਆਂ ਵੀ ਵਾਕਈ ਸਾਡਾ ਫਰਜ ਬਣਦਾ ਜੀ ਜਦੋਂ ਸੰਗਤਾਂ ਦੇ ਮਨਾਂ 'ਚ ਇਹ ਬਣ ਜੇ ਨਾ ਵੀ ਸਾਡਾ ਕੌਮੀ ਫਰਜ ਹੈ ਇਸ ਕਰਕੇ ਉਹ ਸੰਗਤਾਂ ਕੌਮੀ ਫਰਜ ਸਮਝਦੀਆਂ ਹੋਈਆਂ ਉੱਥੇ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਔਰ ਇਸ ਮੋਰਚੇ ਨੂੰ ਦੇਸ਼ ਵਿਦੇਸ਼ 'ਚ ਪੂਰੀ ਸਪੋਰਟ ਮਿਲ ਰਹੀ ਹੈ ਜੀ ਜਿਸ ਇੱਥੇ ਬੱਖ ਬੱਖ ਸਟੇਟਾਂ ਤੋਂ ਸੰਗਤਾਂ ਪਹੁੰਚ ਰਹੀਆਂ ਇਹ ਗੱਲ ਕਰੀਏ ਵੀ ਲੋਕਲ ਸੰਗਤਾਂ ਦੀ ਇੱਥੇ ਸਮਾਨਦਾਨਤਨੀ ਰਸਤਾ ਬਸਦਾਂ ਦਾ ਹਰ ਇੱਕ ਜਥੇਬੰਦੀ ਉਹ ਜਥੇਬੰਦਕ ਤੌਰ ਤੇ ਇੱਥੇ ਹਾਜ਼ਰੀ ਲਵਾ ਰਹੀ ਹੈ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਮਹਾਪੁਰਸ਼ਾਂ ਦੀ ਸੰਪਰਦਾਮਾ ਕਾਰਛੇ ਵਾਲੇ ਹੋਰ ਕੋਈ ਪਿੱਛੇ ਨਹੀਂ ਰਹਿ ਰਿਹਾ ਫਿਰ ਲੋਕਲ ਗੁਰਦੁਆਰਾ ਕਮੇਟੀਆਂ ਦੀ ਇੱਥੇ ਹਾਜ਼ਰੀ ਲੱਗ ਰਹੀ ਹੈ ਇਸ ਕਰਕੇ ਬਹੁਤ ਵੱਡੇ ਪੱਧਰ ਤੇ ਜਾ ਰਿਹਾ ਜਿੱਥੇ ਇਹ ਮੋਰਚਾ ਇੱਥੇ ਲੱਗਿਆ ਵਾ ਇਹਦੀ ਸਪੋਰਟ ਚ ਵਲਡ ਸਿੱਖ ਪਾਰਲੀਮੈਂਟ ਨੇ ਜੋ ਪਿਛਲੇ ਉਥੇ ਦੀਆਂ ਯੂ ਐਸ ਏ ਦੀਆਂ ਸੰਗਤਾਂ ਨੇ ਡੀ ਸੀ ਵੈਸਿੰਗਟਨ ਬਗੇ ਅੰਬੇਕੇ ਇੱਕ ਬਹੁਤ ਵੱਡਾ ਰੋਸ ਨਿਚਾਰਾ ਕੀਤਾ ਸੀ ਉਹ ਹੁਣ ਬਾਹਰਲੀਆਂ ਸੰਗਤਾਂ ਤਕਰੀਬਨ 15 ਸਟੇਟਾਂ ਦੀਆਂ ਸੰਗਤਾਂ ਨੇ ਭਾਰਤ ਦੀ ਅੰਬੈਸ਼ੀਆਂ ਅੱਗੇ 26 ਜਨਵਰੀ ਨੂੰ ਇੱਕ ਰੋਸ ਦਿਨ ਵਜੋਂ ਮਨਾਉਣਾ ਕਿਉਂਕਿ ਉਸ ਦਿਨ ਇਸ ਮੋਰਚੇ ਵੱਲੋਂ ਵੀ 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਇਸ ਦੇਸ਼ ਵਾਸਤੇ ਬਣਿਆ ਸੀ ਪਰੰਤੂ ਉਸ ਸੰਵਿਧਾਨ ਦੇ ਤਹਿਤ ਸਰਕਾਰਾਂ ਸਾਨੂੰ ਬਣਦੇ ਹੱਕ ਨਹੀਂ ਦੇ ਰਹੀਆਂ ਉਹ ਸਰਕਾਰਾਂ ਘੱਟ ਗਿਣਤੀਆਂ ਨਾਲ ਬਹੁਤ ਵਿਤਕਰਾ ਕਰ ਰਹੀਆਂ ਖਾਸ ਕਰਕੇ ਸਿੱਖਾਂ ਨਾਲ ਇਸ ਲਈ ਅਸੀਂ ਉਸ 26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਇੱਕ ਰੋਸ ਮਾਰਚ ਕੱਢਿਆ ਜਾਵੇਗਾ ਜਿਹੜਾ ਇਸ ਕੌਮੀ ਇਨਸਾਨ ਮੋਰਚੇ ਦੀ ਸਟੇਜ ਤੋਂ ਸ਼ੁਰੂ ਹੋਵੇਗਾ ਤੇ ਉਹ ਸਹਿਬਜਾਦਾ ਬਾਬਾ ਅਜੀਤ ਸਿੰਘ ਨਗਰ ਚ ਹੁੰਦਾ ਹੋਇਆ ਮੁਹਾਲੀ ਤਕਰੀਬਨ 35-40 ਕਿਲੋਮੀਟਰ ਦਾ ਪਿੰਡ ਤੈਅ ਕਰਦਾ ਹੋਇਆ ਇੱਥੇ ਵਾਪਸੀ ਹੋਏਗੀ ਸੋ ਸੰਗਤਾਂ ਨੂੰ ਅੱਜ ਅਪੀਲ ਵੀ ਹੈ ਵੀ ਉਸ 'ਚ ਆਪਣੇ ਸਾਧਨ ਰਾਹੀ ਆਪਣਾ ਫਰਜ਼ ਸਮਝਦੇ ਹੋਏ ਸ਼ਾਮਲ ਹੋ ਜੀ ਬਾਪੂ ਜੀ ਜਥੇਦਾਰ ਹਵਾਰਾ ਜੀ ਦੇ ਨਾਲ ਇਸ ਮੋਰਚੇ ਦੇ ਮੁਤਲਕ ਤੁਹਾਡੀ ਗੱਲ ਕੋਈ ਹੋਈ ਉਹ ਕੀ ਕਹਿੰਦੇ ਨੇ ਇਹਦੇ ਬਾਬਤ ਦੇਖੋ ਜਿਹੜਾ ਮੋਰਚਾ ਲੱਗਿਆ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਹੀ ਲੱਗਿਆ ਕਿਉਂਕਿ ਅੱਜ ਜਿਹੜੀਆਂ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ ਉਹਨਾਂ ਨੂੰ ਪਿਆਰ ਕਰਨ ਵਾਲੀਆਂ ਪੌਤਰੀਆਂ ਤੇ ਜਿਹੜੇ ਬਾਕੀ ਬੜੈਲ ਜੇਲ੍ਹ ਵਾਲੇ ਸਿੰਘ ਹੈਗੇ ਆ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਦੇਖੋ ਗੱਲ ਹੋ ਰਹੀ ਹੈ ਗੱਲ ਹੋਏ ਨਾ ਹੋਏ ਅਸੀਂ ਅਨੰਤ ਸ਼ਾਂਤੀਨ ਤੌਰ ਤੇ ਸਾਡਾ ਫਰਜ਼ ਬਣਦਾ ਅਸੀਂ ਸਾਰੇ ਜਿੰਨੇ ਨੌ ਬੰਦੀ ਸਿੰਘਾਂ ਦੀ ਰਿਹਾਈ ਦੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਸਾਰਿਆਂ ਨੂੰ ਬਰਾਬਰ ਸਮਝ ਰਹੇ ਹਾਂ ਸਾਡੇ ਮਨਾਂ 'ਚ ਕੋਈ ਹੋ ਨਹੀਂ ਕਿਉਂਕਿ ਜਹੇਦਾਰ ਜਗਤਾਰ ਸਿੰਘ ਹਵਾਰਾ ਇਹ ਜੀ ਸ਼ਖਸੀਅਤ ਹੈ ਵੀ ਜਿਹੜੇ ਹਰ ਇੱਕ ਨੂੰ ਪਿਆਰ ਕਰਦੇ ਆ ਮੈਂ ਕੋਈ ਉਹਨਾਂ ਨਾਲ ਨਿੱਜੀ ਤੌਰ ਤੇ ਨਫ਼ਰਤ ਵੀ ਕਰੇ ਪਰ ਉਹਦੇ ਖਿਲਾਫ ਵੀ ਕਦੇ ਅੱਜ ਤੱਕ ਇੱਕ ਸ਼ਬਦ ਨਹੀਂ ਬੋਲਿਆ ਉਹ ਇਸ ਕਰਕੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਹੀ ਮੋਰਚਾ ਚੱਲ ਰਿਹਾ ਇਸ ਕਾ ਉਹਨਾਂ ਨੂੰ ਅਸੀਂ ਬਾਕੀ ਬੰਦੀ ਸਿੰਘਾਂ ਨੂੰ ਵੀ ਮਾਨਤਾ ਉਹਨੀਆਂ ਦਿਨਾਂ ਜਿੰਨੀ ਜਸਵੰਤ ਸਿੰਘ ਜਖਤਾਰ ਸਿੰਘ ਬਾਹਰ ਨੂੰ ਇਸ ਲਈ ਅਸੀਂ ਜਦੋਂ ਤੱਕ ਉਹ ਸਾਰੇ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ ਆ ਇਹ ਮੋਰਚਾ ਜਾਰੀ ਰਹੇਗਾ ਜੀ ਬਾਪੂ ਜੀ ਸਰਕਾਰ ਦੇ ਨਾਲ ਜੇ ਗੱਲਬਾਤ ਕੱਲੂ ਹੁੰਦੀ ਆ ਵੀ ਇਸ ਲੈਵਲ ਤੱਕ ਤੁਸੀਂ ਜਾ ਪਹੁੰਚਦੇ ਹੋ ਕਿ ਸਰਕਾਰ ਦੇ ਉੱਪਰ ਦਬਾਅ ਬਣਦਾ ਆ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਕੌਣ ਮੂਰੇ ਲੱਗੂਗਾ ਦੇਖੋ ਇਹ ਜਿਹੜਾ ਮੋਰਚਾ ਲੱਗਿਆ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਲੱਗਿਆ ਉਸ ਤੋਂ ਸੇਤ ਲੈ ਕੇ ਜਿਹੜੀ ਤਾਲਮੇਲ ਕਮੇਟੀ ਬਣਾਈ ਗਈ ਆ ਉਹ ਤਕਰੀਬਨ ਹਰ ਇੱਕ ਜਥੇਬੰਦੀ 'ਚੋਂ ਇੱਕ ਮੈਂਬਰ ਲਿਆ ਗਿਆ ਉਹ ਤਾਲਮੇਲ ਕਮੇਟੀ ਇਹ ਗੱਲ ਕਰੇਗੀ ਜਦੋਂ ਸਰਕਾਰ ਗੱਲ ਕਰੇਗੀ ਪਰ ਸਰਕਾਰ ਨੂੰ ਛੋਟੇ ਲੈਵਲ ਤੇ ਸਾਡੇ ਨਾਲ ਗੱਲਬਾਤ ਉਹਨਾਂ ਨੇ ਦੋ ਤਿੰਨ ਮੀਟਿੰਗਾਂ ਕਰੀਆਂ ਸਾਡਾ ਕਲੀਅਰ ਕਟ ਜਵਾਬ ਹੈ ਸਰਕਾਰ ਨੂੰ ਬਈ ਜਦੋਂ ਤੱਕ ਜਿਹੜੇ 4 ਮੁੱਦਿਆਂ ਤੇ ਲੱਗਿਆ ਮੋਰਚਾ ਇਹਨਾਂ ਚੋਂ ਤਿੰਨ ਮੁੱਦੇ ਸਰਕਾਰ ਨਾਲ ਸੰਬੰਧਿਤ ਹੈ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਜਿਹੜੇ ਜਿਹੜੇ ਚਾਰ ਹੀ ਮੁੱਦੇ ਹੈਗੇ ਚਾਰ ਹੀ ਇੱਕ ਵਾਰੀ ਮੈਂ ਕਹਣਾ ਜ਼ਰੂਰ ਦੱਸ ਦਿਓ ਸਾਰਿਆਂ ਨੂੰ ਪਤਾ ਲੱਗ ਜਾਏ ਦੇਖੋ ਸਭ ਤੋਂ ਪਹਿਲਾਂ ਜਿਹੜਾ ਬਰਗਾੜੀ ਚ 2015 ਚ ਗੁਰੂ ਗ੍ਰੰਥ ਸਾਹਿਬ ਦੀ ਬਿਆਬਦੀ ਹੋਈ ਹੈ ਉਹਦਾ ਅੱਜ ਤੱਕ ਕੋਈ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ ਨਾ ਸਰਕਾਰਾਂ ਨੇ ਟਰੇਸ ਕਰਿਆ ਉਹਨਾਂ ਨੂੰ ਫਿਰ ਦੂਜਾ ਜਦੋਂ 2015 ਚ ਬਰਗਾੜੀ ਚ ਗੁਰੂ ਗ੍ਰੰਥ ਸਾਹਿਬ ਦੀ ਬਿਆਬਦੀ ਹੋਈ ਉਹਦੇ ਰੋਜ਼ ਸਭਜੋ 7 ਮਈ ਧਰਨਾ ਦੇਰੀਆਂ ਸੰਗਤਾਂ ਤੇ ਕੋਟਪੂਰਾ ਲਾਠੀ ਚਾਰਜ ਕੀਤਾ ਗਿਆ ਤੇ ਬਹਿਵਲ ਕਲਾਂ ਚ ਗੋਲੀ ਚਲਾਈ ਗਈ ਦੋ ਸਿੰਘ ਸ਼ਹੀਦ ਹੋਏ ਉਹਨਾਂ ਸ਼ਹੀਦ ਹੋਏ ਸਿੰਘਾਂ ਦਾ ਅੱਜ ਤੱਕ ਇਨਸਾਫ ਨਹੀਂ ਦਿੱਤਾ ਸਰਕਾਰ ਨੇ ਕਿ ਜਿਹੜੇ ਪੁਲਿਸ ਅਫਸਰਾਂ ਨੇ ਗੋਲੀ ਚਲਾਈ ਯਾਰ ਜਿਹੜੇ ਗ੍ਰਹਿ ਮੰਤਰੀ ਦੀ ਹੁਕਮ ਤੇ ਉਹ ਗੋਲੀ ਚੱਲੀ ਉਹਨਾਂ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੀਜਾ ਸ਼੍ਰੀ ਗੁਰੂਗ੍ਰਾਂਤ ਸਾਹਿਬ ਦੇ 328 ਸਰੂਪ ਜਿਹੜੇ ਲਾਪਤਾ ਹੋਏ ਐ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਅਜੇ ਤੱਕ ਪਾਵੇਂ ਉਹਨਾਂ ਨੇ ਪਿਛਲੇ ਸਮੇਂ 'ਚ ਸਰਦਾਰ ਈਸਰ ਸਿੰਘ ਨੇ ਇੱਕ ਰਿਪੋਰਟ ਵੀ ਉਹ ਕਰੀ ਸੀ ਪਰ ਉਹ ਜਨਤਕ ਨਹੀਂ ਕਰੀ ਉਸ ਤੇ ਕੌਮ ਨੂੰ ਅੱਜ ਤੱਕ ਸ਼ਰੋਣੀ ਕਮੇਟੀ ਇਨਸਾਫ ਨਹੀਂ ਦੇ ਸਕੀ ਚੌਥਾ ਮੁੱਦਾ ਜਿਹੜਾ ਹੈ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਉਹਨੂੰ ਲੈ ਕੇ ਮੋਰਚਾ ਲੱਗਿਆ ਕਿਉਂਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਾਡੇ ਉਹਨਾਂ ਸਿੰਘਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਇਸ ਲਈ ਉਹਨਾਂ ਦੀ ਰਿਹਾਈਆਂ ਕਰਾਉਣ ਵਾਸਤੇ ਮੋਰਚਾ ਲਾਇਆ ਪਾਪਾ ਜੀ ਤੁਹਾਨੂੰ ਕੀ ਲੱਗਦਾ ਕਦੀ ਕਦੀ ਦਾ ਤੁਸੀਂ ਸੋਚਦੇ ਹੋ ਮੈਂ ਵੀ ਕਈ ਵਾਰ ਬੈਠ ਕੇ ਸੋਚਦਾ ਹੈਗਾ ਜ ਜਦੋਂ ਤੁਸੀਂ ਹੈਗੇ ਹੋ ਭਾਈ ਪਾਲ ਸਿੰਘ ਫਰਾਂਸ ਜੀ ਬੈਠੇ ਆ ਸਾਡੇ ਨਾਲ ਹੋਰ ਬਹੁਤ ਸਾਰੇ ਸਿੰਘ ਇਦਾਂ ਦੇ ਹੈਗੇ ਆ ਜਿਹੜੇ ਕਿ ਉਹਦਾਂ ਦੇ ਕੇਸਾਂ ਦੇ ਵਿੱਚ ਕਦੀ ਇਨਵੋਲਵ ਰਹੇ ਉਹਨਾਂ ਦੇ ਕੋਰਟ ਕਚੈਰੀਆਂ ਵਿੱਚ ਕੇਸ ਚੱਲੇ ਉਹਨਾਂ ਨੂੰ ਜ਼ਮਾਨਤਾ ਵੀ ਮਿਲੀਆਂ ਉਹ ਪੈਰੋਲ ਤੇ ਵੀ ਆਉਂਦੇ ਰਹੇ ਔਰ ਕੇਸਾਂ ਦੇ ਵਿੱਚ ਉਹ ਬਰੀ ਵੀ ਹੋ ਗਏ ਕਈ ਸਿੰਘ ਇਦਾਂ ਇਹਨਾਂ ਸਿੰਘਾਂ ਵਿੱਚ ਖਾਸ ਤੁਹਾਨੂੰ ਕੀ ਲੱਗਦਾ ਹੈਗਾ ਕਿ ਸਰਕਾਰ ਇਹਨਾਂ ਨੂੰ ਕਿਉਂ ਨਹੀਂ ਛੱਡਦੀ ਹੈਗੀ ਬਾਕੀ ਬਰੀ ਹੋਏ ਆ ਸਿੰਘ ਇਦਾਂ ਦੇ ਕੇਸਾਂ ਦੇ ਵਿੱਚੋਂ ਪਰ ਇਹ ਕਿਉਂ ਨਹੀਂ ਹੋ ਰਿਹਾ ਹੈ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਦੇਖੋ ਜਿਹੜੇ ਬਰੀ ਵੀ ਹੋਏ ਆ ਜੇ ਗੱਲ ਕਰੀਏ ਭਾਈ ਲਾਲ ਸਿੰਘ ਇਸੇ ਕੈਟਾਗਰੀ ਚ ਆਉਂਦਾ ਸੀ ਉਹਨੂੰ ਵੀ ਮੇਰੇ ਖਿਆਲ ਹਿਉਣਾ 29 ਸਾਲ ਬਾਅਦ ਰਿਹਾਈ ਹੋਈ ਆ ਉਹਨਾਂ ਦੀ ਇਸ ਜਿਹੜੀ ਕਾਨੂੰਨ ਮੁਤਾਬਕ ਬਣਦੀ ਐ ਵੀ ਉਮਰ ਕੈਦ 12-13 ਸਾਲ ਬਣਦੀ ਐ 12-13 ਸਾਲ ਤੋਂ ਬਾਅਦ ਤੱਕ ਕਿਸੇ ਸਾਡੇ ਸਿੰਘ ਦੀ ਰਿਹਾਈ ਨਹੀਂ ਹੋਈ ਇਹ ਵੀ ਸਰਕਾਰਾਂ ਇਸੇ ਕਰਕੇ ਲਟਕਾਰ ਰਹੀਆਂ ਇੱਕ ਸਾਲ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਵੀ ਜਿਹੜਾ ਇਹ ਦੇਸ਼ ਹੈ ਇਸ ਚ ਬਹੁ ਗਿਣਤੀ ਵਾਸਤੇ ਕਾਨੂੰਨ ਹੋਰ ਹੈ ਘੱਟ ਗਿਣਤੀ ਵਾਸਤੇ ਹੋਰ ਹੈ ਇਹ ਸਾਨੂੰ ਇਸ ਚੀਜ਼ ਦਾ ਅਹਿਸਾਸ ਕਰਾਈਆਂ ਜਿਹੜਾ ਆਉਣ ਵਾਲੇ ਦਿਨਾਂ ਚ ਸਰਕਾਰਾਂ ਵਾਸਤੇ ਇੱਕ ਖਤਰਨਾਕ ਸਿਟਿਨ ਇਹਦੇ ਨਿਕਲ ਸਕਦੇ ਆ ਇਸ ਤਰ੍ਹਾਂ ਦਾ ਰਵਈਆ ਨਹੀਂ ਸਰਕਾਰਾਂ ਨੂੰ ਅਪਣਾਉਣਾ ਚਾਹੀਦਾ ਕਿਤੇ ਐਦਾ ਤੇ ਨਹੀਂ ਹੈਗਾ ਕਿ ਸਰਕਾਰਾਂ ਨੂੰ ਇਹ ਹੋਵੇ ਭਈ ਇਹ ਉਹ ਸਿੰਘ ਆ ਜਿਹੜੇ ਖਾਲਸਾ ਰਾਜ ਤੋਂ ਥੱਲੇ ਦੀ ਗੱਲ ਕਰਦੀ ਨਹੀਂ ਹੈਗੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਕਿਉਂਕਿ ਭਾਈ ਜਗਤਾਰ ਸਿੰਘ ਤਾਰਣ ਜਿਹੜੀ ਕੋਰਟ ਚ ਸਟੇਟਮੈਂਟ ਦਿੱਤੀ ਆ ਉਹ ਕਹਿੰਦੇ ਕਿ ਮੈਂ ਆਪਣੇ ਖਿਲਾਫ ਕੋਈ ਵਕੀਲ ਨਹੀਂ ਕਰਨਾ ਹੈਗਾ ਟੀਲ ਡੈਥ ਦੀ ਸਜ਼ਾ ਕਹਿੰਦੇ ਚਾਹੇ ਮੈਨੂੰ ਫਾਹੇ ਲਾ ਦਿਓ ਵੀ ਮੈਂ ਆਪਣੇ ਬਚਾਅ ਵਾਸਤੇ ਕੁਝ ਨਹੀਂ ਕਰਨਾ ਹੈਗਾ ਕਿਤੇ ਇਹ ਤਾਂ ਨਹੀਂ ਗੱਲ ਹੈਗੀ ਕਿ ਸਰਕਾਰਾਂ ਨੂੰ ਇਹ ਲੱਗਦਾ ਹੋਵੇ ਕਿ ਇਹਨਾਂ ਨੇ ਬਾਹਰ ਜਾ ਕੇ ਖਾਲਸਾ ਰਾਜ ਦੀ ਹੀ ਗੱਲ ਕਰਨੀ ਹੈ ਇਸ ਕਰਕੇ ਇਹਨਾਂ ਨੂੰ ਬਾਹਰ ਨਾ ਨਿਕਲਣ ਦਿਓ ਦੇਖੋ ਜਿਹੜੀ ਇਹ ਸਰਕਾਰਾਂ ਦੀ ਨੀਤੀਆਂ ਇਹ ਤਾਂ ਆਪਣੇ ਆਪ ਆਟੋਮੈਟਿਕਲੀ ਇਹ ਬਣ ਜਾਣਾ ਵੀ ਖਾਲਸਾ ਰਾਜ ਤੋਂ ਬਿਨਾਂ ਗੁਜ਼ਾਰਾ ਨਹੀਂ ਕੋਈ ਜਦੋਂ ਸਿੱਖਾਂ ਨੂੰ ਹਰ ਇੱਕ ਫਰੰਟ ਤੇ ਨੀਮੰਦ ਖਾਣ ਦੀ ਕੋਸ਼ਿਸ਼ ਹੋਏਗੀ ਸਰਕਾਰਾਂ ਵੱਲੋਂ ਸਾਡੇ ਬੰਦੇ ਹੱਕ ਨਹੀਂ ਦੇਣੇ ਸਰਕਾਰਾਂ ਨੇ ਤਾਂ ਸਿੱਖ ਇਹ ਗੱਲ ਸੋਚਣ ਵਾਸਤੇ ਮਜਬੂਰ ਹੋਣਗੇ ਬਈ ਵਾਕਈ ਸਾਨੂੰ ਕੋਈ ਅਲੱਗ ਉਹ ਚਾਹੀਦਾ ਜਾਂ ਆਪਣਾ ਦੇ ਚਾਹੀਦਾ ਇਸ ਕਰਕੇ ਸਾਰਿਆਂ ਦੀ ਇਹ ਸੋਚ ਬਣ ਜਾਣੀ ਆਉਣ ਦਿਨ ਆਉਣ ਵਾਲੀ ਦਿਨਾਂ 'ਚ ਹਾਂਜੀ ਇਹ ਸੋਚ ਤਾਂ ਜ਼ਰੂਰ ਬਣ ਜਾਣੀ ਹੈ ਪਰ ਮਤਲਬ ਸਰਕਾਰਾਂ ਨੂੰ ਲੱਗਦਾ ਵੀ ਇਸ ਕਰਕੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਵੀ ਇਹ ਉਹੀ ਗੱਲ ਕਰਦੇ ਆ ਇੱਕ ਬਾਪੂ ਜੀ ਮੈਨੂੰ ਲੱਗਦਾ ਕਿ ਕਈ ਵਾਰ ਸ਼ਾਇਦ ਇਦਾਂ ਦੀ ਵੀ ਗੱਲ ਹੁੰਦੀ ਹੋਊਗੀ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਜੇ ਸਰਕਾਰਾਂ ਦੇ ਨਾਲ ਤੁਹਾਡੀ ਗੱਲ ਹੁੰਦੀ ਆ ਮਾੜੀ ਮੋਟੀ ਪਹਿਲਾਂ ਹੋਈ ਹੋਵੇ ਜਾਂ ਕੱਲ੍ਹ ਹੋਈ ਹੋਵੇ ਜਾਂ ਆਉਂਦੇ ਸਮੇਂ 'ਚ ਹੋਊਗੀ ਕਈ ਵਾਰ ਇਦਾਂ ਵੀ ਹੁੰਦਾ ਵੀ ਸ਼ਰਤਾਂ ਵੀ ਰੱਖੀਆਂ ਜਾਂਦੀਆਂ ਨੇ ਵੀ ਆਹ ਸ਼ਰਤਾਂ ਹੈਗੀਆਂ ਨੇ ਵੀ ਸਾਡੀਆਂ ਵੀ ਇਹ ਸ਼ਰਤਾਂ ਨੂੰ ਤੁਸੀਂ ਆ ਦੋ ਗੱਲਾਂ ਮੰਨ ਲਓ ਤੇ ਬਾਕੀ ਤੁਹਾਡੀਆਂ ਅਸੀਂ ਗੱਲਾਂ ਮੰ ਤੇ ਚਲੋ ਫਿਰ ਇਦਾਂ ਇਦਾਂ ਦੀ ਵੀ ਗੱਲ ਕੋਈ ਹੋ ਸਕਦਾ ਦੇਖੋ ਇਸ ਤਰ੍ਹਾਂ ਦੀ ਨਾਲ ਸੀ ਇਸ ਨੂੰ ਕੰਡੈਮਨ ਕਰਨਾ ਇਸ ਨੂੰ ਵੀ ਉਸ ਇਸ ਹਰਤ ਰੱਖ ਕੇ ਸਾਨੂੰ ਕੋਈ ਰਿਹਾਈ ਦੀ ਸ਼ਰਤ ਦੇਣ ਹੋਰ ਕਰਨ ਇਹ ਤਾਂ ਸਾਡਾ ਅੰਦਰੂਨੀ ਮਸਲਾ ਜੀ ਇਹਦੇ ਬਾਰੇ ਸਿੱਖਾਂ ਨੂੰ ਆਪ ਆਪਣੇ ਆ ਲੈਣੇ ਉਹ ਹੱਕ ਇਸ ਕਰਕੇ ਅਸੀਂ ਇਹ ਸ਼ਰਤ ਤੇ ਕੋਈ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਨੀ ਵੀ ਸਾਡੇ ਤੇ ਕੰਡੀਸ਼ਨ ਲਾ ਕੇ ਉਹ ਇਹ ਸਾਨੂੰ ਰੈਤ ਦੇਵੇ ਇਸ ਕਰਕੇ ਸਾਡੀ ਕੋਈ ਸਹਿਮਤੀ ਨਹੀਂ ਬਾਬਾ ਜੀ ਇਹ ਗਲਤ ਆਪਾਂ ਮੰਨਦੇ ਆ ਨਾ ਕਿ ਸਰਕਾਰ ਤੁਹਾਡੇ ਨਾਲ ਟੇਬਲ ਤੇ ਬੈਠਣ ਵਾਸਤੇ ਤਾਂ ਤਿਆਰ ਹੋਊਗੀ ਜੇ ਸਰਕਾਰ ਨੂੰ ਲੱਗਦਾ ਹੋਊਗਾ ਕਿ ਤੁਸੀਂ ਬਰਾਬਰ ਦੀ ਧਿਰ ਬਣ ਚੁੱਕੇ ਹੋ ਕੁਝ ਕਹਿਣਾ ਚਾਹੁੰਦੇ ਹੋ ਕੌਮ ਨੂੰ ਕਿ ਬਰਾਬਰ ਦੀ ਧਿਰ ਤੁਸੀਂ ਕਈ ਵਾਰ ਬਣੇ ਚੱਬੇ ਸਰਬੱਤ ਖਾਲਸਾ ਜਦੋਂ ਹੋਇਆ ਸੀਗਾ ਵੱਡਾ ਕੱਟ ਸੀਗਾ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਲੱਗਾ ਹੋਊਗਾ ਕਿ ਲੈ ਵੀ ਹੁਣ ਮਤਲਬ ਕਿ ਕੌਮ ਦੀ ਪੂਰੀ ਚੜ੍ਹਦੀ ਕਲਾ ਹੈ ਪੂਰੀ ਚੜ੍ਹਾਈ ਆ ਬਰਗਾੜੀ ਜਦੋਂ ਮੋਰਚਾ ਲੱਗਾ ਹੈਗਾ ਤੇ ਉਦੋਂ ਵੀ ਇਦਾਂ ਦੇ ਹਾਲਾਤ ਬਣ ਗਏ ਸੀਗੇ ਹੁਣ ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹਾਲਾਤ ਇਦਾਂ ਦੇ ਬਣ ਗਏ ਹੋਏ ਆ ਤੁਸੀਂ ਕਿਹਾ ਔਰ ਹੋਰ ਬਣ ਜਾਣਗੇ ਵਧੀਆ ਔਰ ਕੁਝ ਕਹਿਣਾ ਚਾਹੁੰਦੇ ਹੋ ਕੌਮ ਨੂੰ ਕਿਉਂਕਿ ਸਰਕਾਰ ਬਰਾਬਰ ਦੀ ਧਿਰ ਬਣੇ ਬਿਨਾਂ ਤੇ ਤੁਹਾਨੂੰ ਟੇਬਲ ਤੇ ਬੈਠਣ ਵਾਸਤੇ ਕਹੂਗੀ ਨਹੀਂ ਕਿ ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਚ ਮੋਰਚਾ ਲਾਇਆ ਉਹਨਾਂ ਅੱਗੇ ਹੀ ਅਰਦਾਸ ਹੈ ਵੀ ਸਾਨੂੰ ਸਮਰਥ ਬਖਸ਼ਣ ਕਿ ਅਸੀਂ ਸਰਕਾਰ ਤੇ ਬਰਾਬਰ ਬੈਠ ਕੇ ਟੇਬਲ ਤੇ ਆਪਣੀਆਂ ਮੰਗਾਂ ਮਨਾ ਚੁੱਕੇ ਕੋਈ ਐਸੇ ਤਰ੍ਹਾਂ ਦੀ ਜਿਸ ਤਰ੍ਹਾਂ ਪਿਛਲੇ ਮੋਰਚਿਆਂ ਚ ਕੋਈ ਨਰਾਸ਼ਾ ਕੌਮ ਦੇ ਪੱਲੇ ਪਈ ਹੈ ਇਸ ਤਰ੍ਹਾਂ ਦੀ ਅਸੀਂ ਬਿਲਕੁਲ ਨਹੀਂ ਪਾਉਣੀ ਚਾਹੁੰਦੇ ਸਿਰਫ ਤੇ ਸਿਰਫ ਚਾਰ ਮੁੱਦਿਆਂ ਤੇ ਜਦੋਂ ਸਾਨੂੰ ਇਨਸਾਫ ਮਿਲੇਗਾ ਉਸ ਤੋਂ ਬਾਅਦ ਹੀ ਕੁਝ ਸਮਾਪਤੀ ਹੋਏਗੀ ਜ਼ਰੂਰ ਬਾਪੂ ਜੀ ਬਸ ਮੈਂ ਆਹੀ ਗੱਲ ਤੁਹਾਡੇ ਮੂੰਹੋਂ ਕਿਉਂਕਿ ਕੌਮ ਦੇ ਮਨਾਂ ਵਿੱਚ ਨਾ ਕਈ ਵਾਰ ਤੁਸੀਂ ਦੇਖੋ ਨੌਜਵਾਨ ਨੌਜਵਾਨ ਪਿੱਛੇ ਨਹੀਂ ਹਟਦੇ ਹੈਗੇ ਨੌਜਵਾਨ ਹਮੇਸ਼ਾ ਕੌਮ ਪੂਰਾ ਸਾਥ ਦੇਣ ਦੀ ਜਿੱਦਾਂ ਤੁਸੀਂ ਦੱਸਿਆ ਔਰ ਮੈਂ ਵੀ ਬਾਹਰ ਵਿਖਾ ਕੇ ਆਏ ਆਪਣੇ ਜਿੰਨੇ ਵੀ ਸੋਚਣ ਗੱਲਬਾਤ ਨੂੰ ਸੁਣ ਰਹੇ ਨੇ ਦੇਖ ਰਹੇ ਨੇ ਤੁਸੀਂ ਦੇਖਿਆ ਬਾਹਰ ਕਿਦਾਂ ਕੌਮ ਦੇ ਵਿੱਚ ਉਤਸ਼ਾਹ ਹੈਗਾ ਇੱਥੇ ਕੋਈ ਉਹ ਨਹੀਂ ਹੈ ਕਿ ਪੰਜਾਬੋ ਬਾਹਰ ਵਾਲੇ ਗੈਰ ਪੰਜਾਬੀ ਪ੍ਰਵਾਸੀ ਲਿਆ ਕੇ ਇੱਥੇ ਲਾਏ ਹੋਇਆ ਲੰਗਰ ਤਿਆਰ ਕਰਨ ਵਾਸਤੇ ਨਾ 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 ਬਰਤਨ ਵੀ ਇੱਥੇ ਗੁਰੂ ਪਿਆਰੇ ਸਿੰਘ ਬੀਬੀਆਂ ਸਾਰੇ ਆਪ ਸੇਵਾ ਕਰ ਰਹੇ ਆ ਔਰ ਲੰਗਰ ਵੀ ਆਪ ਹੀ ਤਿਆਰ ਕਰ ਰਹੇ ਨੇ ਵਰਤਾਵ ਵੀ ਆਪ ਹੀ ਰਹਿਣੇ ਸਾਰਾ ਕੁਝ ਗੁਰੂ ਪਿਆਰੇ ਸਿੰਘ ਆਪ ਹੀ ਕਰ ਰਹੇ ਹੈਗੇ ਆ ਭਾਵ ਕਿ ਕੌਮ ਕਦੇ ਵੀ ਪਿੱਠ ਨਹੀਂ ਦਿਖਾਉਂਦੀ ਹੈਗੀ ਪਰ ਕੌਮ ਦੇ ਮਨਾਂ ਵਿੱਚ ਇੱਕ ਗੱਲ ਜ਼ਰੂਰ ਮੁੜ ਕੇ ਚੱਲਣ ਲੱ ਪੈਂਦੀ ਹੈ ਕਿ ਜਦੋਂ ਧਰਨੇ ਮੋਰਚੇ ਮੁਜ਼ਾਰੇ ਜਦੋਂ ਖਤਮ ਹੁੰਦੇ ਆ ਤਾਂ ਉਸ ਵੇਲੇ ਆਗੂਆਂ ਦੇ ਵੱਲੋਂ ਜ਼ਰੂਰ ਉਹਨਾਂ ਦੇ ਅੰਦਰ ਇੱਕ ਨਿਰਾਸ਼ਤਾ ਹੁੰਦੀ ਹੈ ਕਿ ਇਹਨਾਂ ਆਗੂਆਂ ਨੇ ਸਾਡੀ ਕੌਮ ਦੀ ਝੋਲੀ ਵਿੱਚ ਨਿਰਾਸ਼ਤਾ ਪਾ ਦਿੱਤੀ ਹੈ ਪਰ ਜਿਵੇਂ ਬਾਪੂ ਜੀ ਦਾ ਕਹਿਣਾ ਹੈਗਾ ਕਿ ਐਤਕੀ ਇਦਾਂ ਦੀ ਗੱਲਬਾਤ ਕੋਈ ਨਹੀਂ ਹੋਊਗੀ ਬਾਪੂ ਜੀ ਆਪਾਂ ਜ਼ਰੂਰ ਉਮੀਦ ਕਰਦੇ ਆਂ ਕਿ ਆਕਾਲ ਪੁਰਖ ਵਾਹਿਗੁਰੂ ਜੀ ਇੰਨੀ ਤਾਕਤ ਬਖਸ਼ਣ ਕਿਉਂਕਿ ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਵਰਗੇ ਯੋਧੇ ਉਹਨਾਂ ਦੇ ਪਿਤਾ ਜੀ ਹੋ ਔਰ ਮੈਨੂੰ ਲੱਗਦਾ ਕਿ ਵਾਹਿਗੁਰੂ ਜੀ ਜ਼ਰੂਰ ਅੰਗ ਸੰਗ ਸਾਹੀ ਹੋਣਗੇ ਜਾਂਦੇ ਜਾਂਦੇ ਦੋਕ ਲੈਣਾ ਵਿੱਚ ਬਿਲਕੁਲ ਦੇਖੋ ਕੌਮ ਨੇ ਕੁਰਬਾਨੀ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੀ ਹਰ ਇੱਕ ਜਦੋਂ ਵੀ ਕੋਈ ਪੰਜਾਬ ਦੇ ਹੱਕਾਂ ਲਈ ਕੌਮ ਦੇ ਹੱਕਾਂ ਲਈ ਮੋਰਚਾ ਲਗਿਆ ਕੌਮ ਨੇ ਹਰ ਇੱਕ ਪਾਸੇ ਤੋਂ ਪੂਰਾ ਤਨ ਮਨ ਧਨ ਨਾਲ ਉਹਦਾ ਸਾਥ ਦਿੱਤਾ ਪਰ ਜਿੱਥੇ ਕੋਈ ਉਸ ਮੋਰਚੇ ਦੇ ਆਗੂਆਂ ਦੀ ਕਮਜ਼ੋਰੀ ਹੁੰਦੀ ਹੈ ਉੱਥੇ ਸਰਕਾਰ ਦੀ ਬਦਨੀਤੀ ਵੀ ਹੁੰਦੀ ਹੈ ਸਰਕਾਰ ਉਹਨਾਂ ਨੂੰ ਭਰੋਸੇ 'ਚ ਦੇ ਕੇ ਸਰਕਾਰ ਦੇ ਉਹ ਲਾਰਿਆਂ 'ਚ ਆ ਜਾਣੇ ਵੀ ਮੰਨ ਜਾਣੇ ਕਿਉਂਕਿ ਸਰਕਾਰ ਦੀ ਨੀਤੀ ਹੁੰਦੀ ਹੈ ਵੀ ਇਸ ਜਿੱਥੇ ਅਸੀਂ ਇਹਨਾਂ ਨੂੰ ਇਹਨਾਂ ਮੁੱਦਿਆਂ ਤੇ ਇਨਸਾਫ ਨਹੀਂ ਦੇਣਾ ਉੱਥੇ ਇਹਨਾਂ ਨੂੰ ਬਦਨਾਮ ਵੀ ਕਰਨਾ ਉਹ ਝਾਗੂ ਬਦਨਾਮ ਹੁੰਦਾ ਵੀ ਜਦੋਂ ਜਿਹੜਾ ਕੋਈ ਸਮਝੌਤਾ ਹੁੰਦਾ ਕੋਈ ਗੱਲ ਹੁੰਦੀ ਹੈ ਪੂਰੀ ਸេរੀ ਨਹੀਂ ਚੜਦੀ ਇਸ ਕਰਕੇ ਉਸ ਤਰ੍ਹਾਂ ਦੀ ਨਿਰਾਸ਼ਾ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਕੌਮ ਦੇ ਪੱਲੇ ਨਹੀਂ ਪੈਣ ਦੇਣੀ ਕਿਉਂਕਿ ਨਾ ਤਾਂ ਸਾਨੂੰ ਕੋਈ ਰਾਸ ਸੀ ਉਸ ਦੀ ਇਸ ਚੋਂ ਮਨਸਾ ਸਾਡੀ ਇੱਕੋ ਇੱਕ ਹੈ ਵੀ ਜਿਹੜਾ ਮੁੱਦੇ ਐ ਤਿੰਨ ਇਹਨਾਂ ਤੇ ਹੰਸਾਮ ਮਿਲੇ ਤੇ ਕੌਮ ਦਾ ਸਹਿਯੋਗ ਜਿਹੜਾ ਪੂਰਾ ਸਾਨੂੰ ਮਿਲ ਰਿਹਾ ਇਸ ਕਰਕੇ ਥੜਕਨ ਦੀ ਕੋਈ ਲੋੜ ਨਹੀਂ ਜ਼ਰੂਰ ਸੋ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ ਸਰਕਾਰਾਂ ਨੂੰ ਪਤਾ ਹੈਗਾ ਔਰ ਉਹ ਜਿਹੜੇ ਬੰਦੀ ਸਿੰਘ ਜਿਨ੍ਹਾਂ ਨੂੰ ਇਥੋਂ ਦੀਆਂ ਹਕੂਮਤਾਂ ਇਥੋਂ ਦਾ ਮੀਡੀਆ ਅੱਤਵਾਦੀ ਕਹਿ ਕੇ ਭੰਡਦਾ ਸੋ ਉਹ ਪ੍ਰਚਾਰ ਇਸ ਤਰੀਕੇ ਦੇ ਨਾਲ ਕਰਦੇ ਆ ਅੱਜ ਜਿਹੜੀ ਪਿਛੇ ਤਰੀਕ ਲੰਘ ਕੇ ਗਈ ਆ 21 ਤੇ 22 ਦੀ ਰਾਤ 21 ਤੇ 22 ਤਰੀਕ ਦੀ ਰਾਤ ਉਹ ਸੁਰਬੀਰ ਬਹਾਦਰ ਜੋਦੇ ਅੰਮ੍ਰਿਤ ਵੇਲੇ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ ਸਗੇ ਅੱਜ ਜਿੱਥੇ ਆਪਾਂ ਬੈਠੇ ਆ ਇੱਥੇ ਬਿਲਕੁਲ ਗਵਾਂਡ ਦੇ ਵਿੱਚ ਹੀ ਹੈਗੀ ਆ ਬੁੜੈਲ ਜੇਲ੍ਹ ਉਸ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਸਗੇ ਹਕੂਮਤਾਂ ਨੂੰ ਪਤਾ ਹੈਗਾ ਇਸ ਗੱਲ ਦਾ ਕਿ ਉਹ ਅੱਤਵਾਦੀ ਨਹੀਂ ਹੈਗੇ ਔਰ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਵੀ ਪਤਾ ਹੈਗਾ ਜਿਨ੍ਹਾਂ ਨੇ ਉਹਨਾਂ ਦਾ ਸਾਥ ਬਾਣਿਆ ਉਹਨਾਂ ਨੂੰ ਵੀ ਪਤਾ ਹੈਗਾ ਕਿ ਉਹ ਆਪਣੇ ਹੱਕਾਂ ਦੀ ਖਾਤਰ ਲੜਨ ਵਾਲੇ ਸੂਰਬੀਰ ਬਹਾਦਰ ਯੋਧੇ ਆ ਪਰ ਜਿਹੜੇ ਆਮ ਲੋਕ ਭਾਰਤ ਦੇ মিডিਏ ਵੱਲੋਂ ਇਥੋਂ ਦੀਆਂ ਹਕੂਮਤਾਂ ਦੇ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਜੜੀਆਂ ਜਿਹੜੇ ਕਿ ਉਹਨਾਂ ਨੂੰ ਪ੍ਰਚਾਰ ਦਿਆ ਕਿ ਅਤਵਾਦੀ ਆ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਲੱਗਦਾ ਕਿ ਨਾ ਜੀਨਾ ਉਹਨਾਂ ਦੀ ਰਿਹਾਈ ਨਹੀਂ ਹੋਣੀ ਚਾਹੀਦੀ ਮੈਂ ਆਪਣੇ ਤੌਰ ਤੇ ਸਿੱਖ ਪੱਤਰਕਾਰ ਹੋਣ ਦੇ ਨਾਤੇ ਸਿੱਖ ਲਫ਼ਜ਼ ਵੀ ਹਟਾ ਦਿੰਦਾ ਵਿੱਚੋਂ ਮੈਂ ਮੈਂ ਇੱਕ ਪੱਤਰਕਾਰ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਇੱਕ ਕਮੈਂਟ ਕਰਨ ਨੂੰ ਜ਼ਰੂਰ ਕਹੂੰਗਾ ਕਿ ਤੁਸੀਂ ਮੇਰੀ ਇੱਕ ਗੱਲ ਸੁਣਨ ਤੋਂ ਬਾਅਦ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਮੇਰੀ ਗੱਲ ਸੁਣਨ ਤੋਂ ਬਾਅਦ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਅੱਤਵਾਦੀ ਨੇ ਤੇ ਉਹਨਾਂ ਨੂੰ ਤੇ ਛੱਡਣ ਨਹੀਂ ਚਾਹੀਦਾ ਉਹਨਾਂ ਨੂੰ ਫਾਂਹਲਾ ਦੇਣਾ ਚਾਹੀਦਾ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਦੇ ਵਿੱਚੋਂ ਫਰਾਰ ਹੋਣ ਤੋਂ ਬਾਅਦ 1 ਸਾਲ ਬਾਅਦ ਦੁਬਾਰਾ ਫੜੇ ਜਾਂਦੇ ਆ ਮੈਨੂੰ ਲੱਗਦਾ ਹੈ ਕਿ ਆਤੰਕ ਮਚਾਉਣ ਦੇ ਵਾਸਤੇ 1 ਸਾਲ ਬਹੁਤ ਹੁੰਦਾ ਆ ਜੇ ਕਿਸੇ ਨੇ ਆਤੰਕ ਮਚਾਉਣਾ ਹੋਵੇ ਤਾਂ ਤੁਸੀਂ ਦੱਸਿਓ ਉਹਨਾਂ ਨੇ ਕਿੰਨੇ ਕੁ ਸੱਥਰ ਵਿਛਾਇਆ ਕਿੰਨਾ ਕੁ ਉਹਨਾਂ ਨੇ ਆਤੰਕ ਵਿਛਾਇਆ ਭਾਈ ਪਰਮਜੀਤ ਸਿੰਘ ਪਿਉਰਾ ਫਰਾਰ ਹੋਣ ਤੋਂ ਬਾਅਦ 2 ਬਰੇ ਬਾਅਦ ਫੜੇ ਜਾਂਦੇ ਆ ਸਾਨੂੰ 2006 ਦੇ ਵਿੱਚ ਕੋਈ ਬਾਹ ਖੜੀ ਕਰਕੇ ਦੱਸੇ ਕਿੰਨਾ ਕੁ ਆਤੰਕ ਮਚਾਇਆ ਭਾਈ ਜਗਤਾਰ ਸਿੰਘ ਤਾਰਾ ਉਹ ਤੇ ਭਾਰਤ ਛੱਡ ਕੇ ਵਿਦੇਸ਼ ਵੀ ਨਿਕਲ ਗਏ ਸੀਗੇ థਾਈਲੈਂਡ ਤੋਂ 2015 ਦੇ ਵਿੱਚ ਇੱਥੋਂ ਦੀ ਪੁਲਿਸ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਆਈ ਸੀਗੀ ਹੁਣ ਉਹਨਾਂ ਨੂੰ ਇਤਰਾਜ਼ ਹੋਊਗਾ ਕਿ ਸੱਜਣ ਨੇ ਭੁਪਿੰਦਰ ਸਿੰਘ ਨੇ ਪੱਤਰਕਾਰ ਨੇ ਉਹਨਾਂ ਲਫ਼ਜ਼ ਕਿਉਂ ਵਰਤੇ ਆ ਭਈ ਅਸੀਂ ਤਾਂ ਉਹਨਾਂ ਨੂੰ ਹੱਤਬਾਦੀ ਕਹਿੰਨੇ ਆ ਮੈਂ ਉਹਨੇ ਲਫ਼ਜ਼ ਕਹਿ ਦੇਣਾ ਭਾਈ ਤਾਰੇ ਨੇ 11 ਸਾਲ ਥੋੜੇ ਨਹੀਂ ਹੁੰਦੇ 11 ਸਾਲ ਬਹੁਤ ਹੁੰਦੇ ਆ ਆਤੰਕ ਮਚਾਉਣਾ ਹੋਵੇ ਜੇ ਕਿਸੇ ਨੇ ਤੁਸੀਂ ਦੱਸਿਓ ਮੈਨੂੰ ਕਿੰਨਾ ਆਤੰਕ ਮਚਾਇਆ ਸੋ ਇਹ ਗੱਲ ਮੈਂ ਇਸ ਕਰਕੇ ਕਰੀ ਹੈਗੀ ਆ ਕਿ ਤੁਸੀਂ ਜ਼ਰੂਰ ਕਮੈਂਟ ਕਰਕੇ ਰਾਏ ਦਿਓ ਕਿ ਕੀ ਤੁਹਾਨੂੰ ਹੱਲੇ ਵੀ ਲੱਗਦਾ ਕਿ ਉਹ ਵਤਵਾਦੀ ਨੇ ਜੇ ਉਹਨਾਂ ਨੇ ਆਤੰਕ ਮਚਾਉਣਾ ਹੁੰਦਾ ਤੇ ਉਹਨਾਂ ਨੇ ਆਤੰਕ ਮਚਾਇਆ ਕਿਉਂ ਨਾ ਉਸ ਵੇਲੇ ਤਾਂ ਨਹੀਂ ਜੇਲ੍ਹ ਦੇ ਅੰਦਰ ਬੰਦ ਸਗੇ ਉਸ ਵੇਲੇ ਤਾਂ ਨਹੀਂ ਉਹਨਾਂ ਨੂੰ ਬੇੜੀਆਂ 'ਚ ਜਕੜਿਆ ਹੋਇਆ ਸੀਗਾ ਕੀ ਤੁਹਾਨੂੰ ਫਿਰ ਵੀ ਲੱਗਦਾ ਕਿ ਉਹ ਵਤਵਾਦੀ ਨੇ ਜ਼ਰੂਰ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਦਿਓ